ਸਾਡਾ ਕੰਮ ਦੋਵਾਂ ਦਾ
ਹੈਲਥ ਦੇ ਵਿੱਚ ਵੀ ਆਉਣੇ ਆ ਐਜੂਕੇਸ਼ਨ ਦੇ ਵਿੱਚ ਵੀ ਆਉਣੇ ਆ ਜੇ ਮੀਤ ਹੈਰ ਚ ਹਿੰਮਤ ਆ ਕਿ ਹੁਣ ਦੌਰੇ ਕਰਕੇ ਦਿਖਾਵੇ ਪਿੰਡਾਂ ਦੇ ਜਲੂਸ ਕੱਢ ਕੱਢ ਦਿਖਾਵੇ ਲੋ ਸਾਡੀ ਮਜਬੂਰੀ ਆ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪਣੀ ਚੋਣ ਮਾਰ ਕੇ ਦੇਣ ਅੱਜ ਸਾਡੀ ਚਿਤਾਮਣੀ ਹੈ ਜੇ ਸਾਡੀਆਂ 2000 ਪੋਸਟਾਂ ਦਾ ਜਿਹੜਾ ਪੋਰਟਲ ਆ ਆਨਲਾਈਨ ਨਹੀਂ ਕੀਤਾ मैं पीटीआई यूनियन का पंजाब सकत्तर हाँ जी। असी पिछले कई सालों तो लगातार संघर्ष करके पीटीआई यूनियन में असी पीटीआई केडर असी जिंदा करने की कोशिश कर रहे हैं क्योंकि जिहड़ा पिछले सिक्ख्या सकत्तर है उन्होंने यह पोस्ट नूं बिल्कुल खत्म कर दिता सीगा। स्कूलों के पीटी है नहीं ना तो सैकेंडरी ना मिडल दे विच और असी प्रायमरी स्कूल दे विच मंग रखी सी भी तुसी 12,800 समथिंग स्कूल खाली पे आ बिल्कुल प्रायमरी सारे भी उन्होंने पीटीआई टीचर जरूर लागू करो क्योंकि नशे का तुसी छेवां दरिया देख ही चुके हो किन्ना पंजाब दे विच नशियां दा छेवां दरिया वग चुक्या हैगा ग्राउंड नालों बिल्कुल अपनी जिहड़ी नौजवानी टुट चुकी है। असी अपने रुजगार पिछे नहीं लड़ रहे असी अपने जिहड़े पंजाब दे नौजवान आ उन्हां पिछे लड़ रहे हैं भी नौजवान नूं जे आपां ग्राउंड नाल जोड़ांगे तां उह कुछ ना कुछ फिर ही करके दिखा सकदे आ। और जिहड़ी पीटीआई दी 2000 पोस्ट पिछली सरकार तों असी धरने प्रोटेस्ट करके संघर्ष करके कढ़वाई है पास हो चुकी है वो सिक्ख्या महकमे को पई है पर पोर्टल नहीं खोलिया जा रहा हूँ। अज असी जी इतने अपने सिक्ख्या मंत्री दे कोठी दे विच आए सी असी उन्होंने मिल के गलबात करनी चाहते सी उस तो पहला सानू प्रशासन ने रोकया साडे साथियों नू अरैसट करके कुछ नू अपने लै गए थाना जिहड़ा अपने शहर दे विच आई और साडे नाल उत्थे धक्का मुक्की हुई है कुड़ियां दा नाल भी खिच्चातानी की गई है। साडी सरकार दे मूहरे यही अपील है भी साडा संघर्ष उन्ना चिर जारी रहूगा जिन्ना चिर साडियां 2000 पोस्टां दा पोर्टल ओपन नहीं किया जाऊगा। दस्तारां लै गईआं जी गलां दे विच जिहड़े मुक्के पाए सी ओह भी खिच्चे गए हैं कुछ मुंडिआं दे और सोटियां भी जिहड़े हत्थां ते इस तरीके नाल होजां वज्जीआं जी। रिंपी सर मीत प्रधान फाजिलका सर
ਅੱਜ ਤੁਸੀਂ ਮੀਤੀਆਰ ਜੀ ਦੇ ਘਰ ਦੇ ਵਿੱਚ ਆਏ, ਤੁਹਾਡੇ ਨਾਲ ਕੀ ਕੀਤਾ ਗਿਆ ਤਾਂ ਇੰਨੀ ਗਰਮੀ ਦੇ ਵਿੱਚ ਜਿਹੜੇ ਕਿ ਸਰ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡਾ ਪੋਰਟਲ ਅਸੀਂ ਜਲਦੀ ਤੋਂ ਜਲਦੀ ਓਨ ਕਰ ਦਾਂਗੇ ਸਰ। ਬਾਕੀ ਜਦੋਂ ਕਿ ਡਿਪਾਰਟਮੈਂਟ ਦੇ ETT BED ਵਾਲਿਆਂ ਦਾ ਓਪਨ ਆਨਲਾਈਨ ਹੋ ਚੁੱਕਿਆ ਸਰ, ਸਾਡਾ ਮੁੱਦਾ ਇਹ ਸੀ ਕਿ ਸਾਨੂੰ ਹਰ ਵਾਰੀ ਇਹ ਮੀਟਿੰਗਾਂ ਦੇ ਵਿੱਚ ਵੀ ਅਸੀਂ ਹੁਣ 3-4 ਵਾਰੀ ਮੀਤੀਆਰ ਨੂੰ ਮਿਲ ਚੁੱਕੇ ਹਾਂ, ਉਹਨਾਂ ਨੇ ਇਹ ਕਿਹਾ ਕਿ ਅੱਜ ਨਹੀਂ ਕੱਲ੍ਹ ਨਹੀਂ ਰੋਜ਼ ਦਾ। ਅਸੀਂ ਸਰ ਅੱਕਦੇ ਹੋਏ ਸਰ ਐਂਡ 'ਤੇ ਆ ਕੇ ਇਹਨਾਂ ਦੇ ਘਰ ਦਾ ਘਰਾਓ ਕੀਤਾ, ਘਰਾਓ ਕਰਦੇ ਕਿ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ, ਜਦੋਂ ਕਿ ਪ੍ਰਸ਼ਾਸਨ ਨੇ ਸਾਡੇ ਨਾਲ ਕੀ ਕੀਤਾ, ਧੱਕਾ ਕੀਤਾ ਸਰ। ਤੁਸੀਂ ਆਪ ਹੀ ਵੇਖਦੇ ਪਏ ਹੋ ਸਰ, ਸਾਡੀਆਂ ਭੈਣਾਂ ਦੇ ਦੁਪੱਟੇ, ਭਰਾਵਾਂ ਦੀਆਂ ਪੱਗਾਂ, ਸਰ ਦੇਖਿਆ ਤੁਸੀਂ ਕਿੱਦਾਂ ਘਸੀਟ ਰਹੇ ਸੀ। ਅਸੀਂ ਵੀ ਇਨਸਾਨ ਹਾਂ ਸਰ, ਅਸੀਂ ਆਪਦਾ ਹੱਕ ਮੰਗਦੇ ਹਾਂ, ਇਹ ਤੋਂ ਜ਼ਿਆਦਾ ਕੁਛ ਅਸੀਂ ਇਹ ਨਹੀਂ। ਪ੍ਰਸ਼ਾਸਨ ਨੂੰ ਇੰਨਾ ਕੁ ਲਾ ਦਿੱਤਾ ਗਿਆ ਕਿ ਸਾਡੇ ਨਾਲ ਧੱਕਾਸ਼ਾਹੀ ਕੀਤੀ ਗਈ ਸਰ, ਅਤੇ ਅਸੀਂ ਇਹ ਇਹਨਾਂ ਨੂੰ ਇਹ ਵੀ ਚਿੰਤਾਵਲੀ ਹੈ ਸਰ, ਜੇ ਇਹ ਸੋਚਣਗੇ ਨਾ ਵੀ ਅਸੀਂ ਇਹਨਾਂ ਨੂੰ ਬਣਾ ਸਕਦੇ ਹਾਂ ਨਾ, ਇਹਨਾਂ ਦੀ ਸਰਕਾਰ ਡੇਗ ਵੀ ਸਕਦੇ ਹਾਂ, ਅਤੇ ਜੇ ਸਾਡਾ ਪੋਰਟਲ ਨਹੀਂ ਜਲਦੀ ਤੋਂ ਜਲਦੀ ਓਪਨ ਹੁੰਦਾ ਤਾਂ ਜੇ ਹੋ ਸਕਿਆ ਤਾਂ ਸ਼ਾਇਦ ਮੇਰੇ ਵਰਗਾ ਇੱਥੇ ਜਾਨ ਵੀ ਦੇ ਕੇ ਜਾ ਪਿਆ ਸਰ। ਜਿਵੇਂ ਕਿ ਇਹਨਾਂ ਨੇ ਆਖਿਆ ਕਿ ਧੀਆਂ ਨੂੰ ਇੱਜ਼ਤ ਬਖਸ਼ੀ ਜਾਊਗੀ ਕਿ ਸਰ ਆਹ ਇੱਜ਼ਤ ਬਖਸ਼ਦੇ ਪਏ ਆ ਸਾਡੇ ਦੁਪੱਟੇ ਖਿੱਚ, ਸਾਡੇ ਦੁਪੱਟੇ ਨੇ ਸਾਡੀ ਇੱਜ਼ਤ ਐਂ ਇਹਨਾਂ ਨੇ ਸੜਕ 'ਤੇ ਰੋਲੀ ਆ ਸਰ। ਤੁਸੀਂ ਆਪ ਦੇਖਦੇ ਪਏ ਹੋ ਸਰ, ਸਭ ਲਾਈਵ ਚੱਲਦਾ ਪਿਆ, ਜੇ ਹਾਲੇ ਵੀ ਇਹਨਾਂ ਨੂੰ ਸ਼ਰਮ ਹੈਗੀ ਆ ਨਾ ਤਾਂ ਸਾਡਾ ਕੋਈ ਸੁਣਾਈ ਕਰ ਲੈਣ, ਨਹੀਂ ਤਾਂ ਅਸੀਂ ਇਹ ਤੋਂ ਵੀ ਪਤਾ ਕਰਾਂਗੇ, ਕਿਉਂਕਿ ਅਸੀਂ ਆਪਦੇ ਹੱਕ ਵਾਸਤੇ ਆਵਾਜ਼ 2006 ਤੋਂ ਉਠਾ ਰਹੇ ਹਾਂ ਸਰ, ਅਤੇ ਅਸੀਂ ਹੁਣ ਪੂਰੇ ਬੁਗਲਾ ਚੁੱਕੇ ਹਾਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੀ ਕੁਛ ਨਹੀਂ ਕਰ ਸਕਦੇ। ਅਸੀਂ ਹੁਣ ਆਪਾਂ ਗੱਲ ਕਰ ਰਹੇ ਸੀ ਬਦਲਾਵ ਸਰ, ਕੋਈ ਬਦਲਾਵ ਨਹੀਂ ਹੋਇਆ ਸਰ, ਇਹ ਤਾਂ ਉਹ ਸਰਕਾਰਾਂ ਨੇ ਤਾਂ ਫਿਰ ਵੀ ਸਾਨੂੰ ਕੋਈ ਚਾਰ ਦਿਨ ਪਾ ਕੇ ਕੁੱਟਿਆ ਸੀ, ਇਹਨਾਂ ਨੇ ਤਾਂ ਸਾਨੂੰ ਆਉਂਦੇ ਹੀ ਲੰਮੇ ਪਾ ਲਿਆ, ਇਹ ਕੀ ਸਰ ਇਹਨਾਂ ਮਤਲਬ ਸਾਨੂੰ ਇਹ ਡਰਾਉਂਦੇ ਨੇ ਪ੍ਰਸ਼ਾਸਨ ਨੂੰ ਲਾ ਕੇ। ਅਸੀਂ ਹੱਕ ਮੰਗਣੇ ਆ ਸਰ, ਉਹਦੇ ਪਿੱਛੇ ਸਾਨੂੰ ਜੇ ਆਪਦੀ ਕੁਰਬਾਨੀ ਵੀ ਦੇ, ਜੇ ਦੇਸ਼ ਭਗਤ ਲਈ ਦੇਸ਼ ਲਈ ਦੇਸ਼ ਭਗਤ ਸ਼ਹੀਦ ਭਗਤ ਸਿੰਘ ਜੀ ਦੇ ਸਕਦੇ ਨੇ ਨਾ ਕੁਰਬਾਨੀ, ਤਾਂ ਅਸੀਂ ਵੀ ਦੇਵਾਂਗੇ, ਕਿਉਂਕਿ ਅਸੀਂ ਆਪਦਾ ਹੱਕ ਮੰਗਦੇ ਹਾਂ। ਕੋਈ ਇਹ ਅੰਗਰੇਜ਼ੀ ਰਾਜ ਨਹੀਂ ਹੈਗਾ ਵੀ ਇਹ ਸੋਚਣਗੇ ਵੀ ਇਹ ਡਰ ਜਾਵਾਂਗੇ, ਅਸੀਂ ਉਹੀ ਹੋਈ ਹਾਂ ਪੰਜਾਬੀ ਜਿਹੜੇ ਸ਼ਾਨ ਨਾਲ ਖੜਦੇ ਹਾਂ ਅਤੇ ਹਿੱਕ ਦੇ ਜ਼ੋਰ 'ਤੇ ਲੜਦੇ ਹਾਂ, ਅਤੇ ਅੱਜ ਲੜ ਕੇ ਇਹਨਾਂ ਨੂੰ ਵਿਖਾਵਾਂਗੇ ਵੀ ਇਹ ਚਾਹੇ ਜੋ ਮਰਜ਼ੀ ਕਰ ਲੈਣ। ਜਿਵੇਂ ਕਿ ਕਹਿੰਦੇ ਆ ਭਗਤ ਸਿੰਘ ਦੀ ਪਗੜੀ ਆ ਛੋਟੀਆਂ ਜਿਹੜੀਆਂ ਕੀ ਇਹ ਜਿਹੜੀਆਂ ਚੁੰਨੀਆਂ ਨੇ ਕੀ ਕਹਿਣਾ ਚਾਹੋ ਇਹਨਾਂ 'ਤੇ? ਇਹ ਕਹਿਣਾ ਕਿ ਇਹਨਾਂ ਨੂੰ ਸ਼ਰਮ ਕਰ ਲੈਣਾ ਚਾਹੀਦਾ, ਇਹੀ ਇਹਨਾਂ ਨੇ ਪੱਗਾਂ ਬੰਨ੍ਹ ਕੇ ਸਾਡੇ ਘਰ ਘਰ ਹੱਥ ਜੋੜ ਜੋੜ ਕੇ ਸਾਡੇ ਤੋਂ ਵੋਟਾਂ ਮੰਗੀਆਂ, ਠੀਕ ਹੈ। ਅੱਜ ਅਸੀਂ ਜੇ ਇਹਨਾਂ ਨੂੰ ਵੋਟਾਂ ਦੇ ਦਿੱਤੀਆਂ, ਅੱਜ ਸਾਡੇ ਹੀ ਉਹੀ ਦੁਪੱਟੇ, ਅਤੇ ਇਹਨਾਂ ਨੇ ਤਾਂ ਇਹ ਕਰੋ ਵੀ ਭਗਤ ਸਿੰਘ ਦੀ ਵੀ ਜਿਹੜੀ ਇਨਕਲਾਬੀ ਜਿਹੜੀ ਸੀ ਨਾ ਉਹਨੂੰ ਵੀ ਦਾਗ ਲਾਤਾ ਸਰ, ਇਹਨਾਂ ਨੂੰ ਆਪ ਨੂੰ ਸ਼ਰਮ ਆਈ, ਉਹਨਾਂ ਦਾ ਵਿਚਾਰੇ ਦਾ ਨਾਮ ਬਦਨਾਮ ਕਰਤਾ, ਉਹਨਾਂ ਨੇ ਬਹੁਤ ਕੁਛ ਕੀਤਾ ਸੀ, ਉਹ ਐਵੇਂ ਨਹੀਂ ਸੀਗੇ, ਇਹ ਸਮਝਦੇ ਨੇ ਸ਼ਾਇਦ ਅਸੀਂ ਉਹਨਾਂ ਦੇ, ਇਹਨਾਂ ਨੇ ਚੋਰ ਬਣ ਕੇ ਉਹਨਾਂ ਦਾ ਚੋਲਾ ਪਾ ਕੇ ਅਤੇ ਅੱਜ ਇਹ ਕਹਿੰਦੇ ਅਸੀਂ ਸਰਕਾਰ ਬਣਾ ਲਈ। ਜੇ ਅਸੀਂ ਇਹਨਾਂ ਨੂੰ ਸਰਕਾਰ ਬਣਾ ਕੇ ਦਿੱਤੀ ਨਾ, ਇਹਨਾਂ ਨੂੰ ਸਾਨੂੰ ਡੇਗਣਾ ਵੀ ਆਉਂਦਾ, ਅਸੀਂ ਡੇਗਾਂਗੇ। ਉਹ ਇੱਕ ਮਿੰਟ ਯਾਰ ਕੀ ਹੋ ਗਿਆ, ਸਮਝੇ ਨਾ ਗੱਲ, ਇਹਦਾ ਹੱਥ ਲੱਗ ਗਿਆ, ਕੋਈ ਲੱਗ ਜਾਂਦਾ ਕਈ ਵਾਰੀ ਕਾਲੇ ਨਾ ਕਰ ਜਾਂਗੜਾ। ਬਾਕੀ ਅੱਜ ਤੁਸੀਂ ਮੀਤੀਆਰ ਜੀ ਦੇ ਕੋਠੀ ਤੇ ਆਏ ਹੋ, ਕੀ ਹੋਇਆ ਤੁਹਾਡੇ ਨਾਲ? ਹੁਣ ਹੋਣਾ ਬਹੁਤ ਕੁਛ ਹੈ, ਜਿਹੜਾ ਕੁਛ ਤੁਸੀਂ ਸਵੇਰ ਤੋਂ ਹੀ ਦੇਖ ਰਹੇ ਹੋ ਇੱਥੇ, ਜਿਹੜਾ ਕੁਛ ਹੋ ਜਾਂਦਾ। ਮੇਨ ਗੱਲ ਦੇਖੋ, ਜਿਹੜੇ ਆਪਣੇ ਭਗਵਤ ਮਾਨ ਸਿੰਘ ਜੀ ਹੈਗੇ ਆ, ਹੈ ਨਾ, ਮਤਲਬ ਸਿਰਫ ਭਗਤ ਸਿੰਘ ਜੀ ਨੂੰ ਫੋਲੋ ਕਰਨਾ ਅਤੇ ਉਹਨਾਂ ਦੇ ਗੁਣਾਂ 'ਤੇ ਚੱਲਣਾ, ਉਹਨਾਂ ਨੂੰ ਮੀਡੀਆ ਕਿ ਸੋਸ਼ਲ ਮੀਡੀਆ ਲਾ ਲਓ ਜਾਂ ਲੋਕਾਂ ਦੇ ਵਿੱਚ ਉਸ ਚੀਜ਼ ਨੂੰ ਤੁਸੀਂ ਅਗਰ ਪ੍ਰਿਓਰਟੀ ਦਿੰਦੇ ਹੋ ਤਾਂ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ। ਬਟ ਸਾਨੂੰ ਅੱਜ ਇੱਥੇ ਆਣ ਕੇ ਇਹ ਚੀਜ਼ ਫੀਲ ਹੋਈ ਆ ਵੀ ਭਗਤ ਸਿੰਘ ਜੀ ਦਾ ਜਿਹੜਾ ਚੋਲਾ ਸੀਗਾ ਉਹ ਰੰਗ, ਉਹਨਾਂ ਨੇ ਉਸ ਰੰਗ ਦੀ ਵੀ ਅੱਜ ਲਾਜ ਨਹੀਂ ਰੱਖੀ, ਮਤਲਬ ਬੇਸ਼ਰਮ ਕਰਕੇ ਰੱਖਤਾ। ਅੱਜ ਭਗਤ ਸਿੰਘ ਜੀ ਦਾ ਜਿਹੜਾ ਚੋਲਾ ਸੀ ਉਹ ਤਾਂ ਬੇਸ਼ਰਮ ਹੋਇਆ ਹੀ ਹੋਇਆ। ਬਾਕੀ ਅੱਜ ਤੁਸੀਂ ਦੇਖ ਚੁੱਕੇ ਹੋ ਵੀ ਜਿਹੜੀਆਂ ਭੈਣਾਂ ਸੀਗੀਆਂ ਉਹਨਾਂ ਦੀ ਇੱਜ਼ਤ ਕਿੰਨੀ ਕੁ ਰਹਿ ਗਈ ਆ। ਜਿਹੜੇ ਭਗਤ ਸਿੰਘ ਜੀ ਦੇ ਅਸੀਂ ਨਾਲ ਦੇ ਦੁਪੱਟੇ ਕੇਸਰੀ ਰੰਗ ਅਸੀਂ ਜਿਹੜਾ ਅੱਜ ਲਿੱਤਾ ਸੀਗਾ ਉਹਦੀ ਅੱਜ ਸਾਡੀ ਕੋਈ ਕਦਰ ਨਹੀਂ ਪਈ। ਜਿਹੜੇ ਸਾਡੇ ਭਰਾ ਆਏ ਸੀਗੇ ਉਹਨਾਂ ਨੇ ਪੱਗਾਂ ਬੰਨੀਆਂ ਸੀ, ਉਹ ਵੀ ਪੱਗ ਲੱਥ ਚੁੱਕੀਆਂ ਨੇ। ਅੱਜ ਅਸੀਂ ਭਗਵੰਤ ਮਾਨ ਸਿੰਘ ਜੀ ਨੂੰ ਇਹੀ ਚੀਜ਼ ਕਹਿਣਾ ਚਾਹੁੰਦੇ ਹਾਂ, ਅਗਰ ਤੁਸੀਂ ਆਪਣੇ ਝੂਠੇ ਵਾਅਦਿਆਂ ਨਾਲ ਗੌਰਮੈਂਟ ਖੜੀ ਕਰ ਸਕਦੇ ਹੋ, ਅਸੀਂ ਸੱਚੇ ਵਾਅਦਿਆਂ ਨਾਲ ਸੱਚਾਈ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ। ਬਾਕੀ ਤੁਹਾਨੂੰ ਵੀ ਰਿਕੁਐਸਟ ਹੈ ਸਾਰੇ ਮੀਡੀਆ ਚੈਨਲ 'ਤੇ ਇਹ ਚੀਜ਼ ਤੁਸੀਂ ਜ਼ਰੂਰ ਪਾਇਓ, ਸਿਰਫ ਭਗਤ ਸਿੰਘ ਜੀ ਦਾ ਚੋਲਾ ਪਾਉਣ ਨਾਲ ਕੁਛ ਨਹੀਂ ਬਣਦਾ। ਅਗਰ ਤੁਸੀਂ ਉਹਨਾਂ ਨੂੰ ਫੋਲੋ ਨਹੀਂ ਕਰੋਗੇ, ਲੋਕਾਂ ਦੀ ਇੱਜ਼ਤ ਨਹੀਂ ਕਰੋਗੇ, ਬੇਟੀ ਬਚਾਓ ਬੇਟੀ ਪੜ੍ਹਾਓ ਦਾ ਅਗਰ ਸਿਰਫ ਨਾਰਾ ਹੀ ਲਾ ਕੇ ਛੱਡਤਾ, ਤੁਸੀਂ ਉਸ ਚੀਜ਼ ਨੂੰ ਨਹੀਂ ਐਕਸੈਪਟ ਕਰੋਗੇ ਤਾਂ ਕੋਈ ਫਾਇਦਾ ਨਹੀਂ। ਅੱਜ ਅਸੀਂ ਇੱਥੇ ਕਰੋ ਜਾਂ ਮਰੋ। ਅੱਜ ਕੀ ਕੀਤਾ ਗਿਆ ਤੁਹਾਡੇ ਨਾਲ? ਅੱਜ ਸਾਡਾ ਰਿਹਾ ਹੀ ਕੁਛ ਨਹੀਂ, ਜਿਹੜਾ ਕੁਛ ਨਹੀਂ ਕੀਤਾ। ਧੱਕੇ ਸਾਹੀ ਸਾਡੇ ਨਾਲ ਹੋਈ ਆ, ਇੱਕ ਸਾਡੀ ਸੱਥ ਨੂੰ ਸੱਟ ਵੀ ਲੱਗੀ ਹੋਈ ਆ, ਉਹਨੂੰ ਚੱਕਰ ਬਹੁਤ ਆ ਗਏ ਸੀਗੇ, ਇੱਕ ਭਰਾ ਵੀ ਡਿੱਗ ਗਏ ਸੀਗੇ, ਉਹਨਾਂ ਨੂੰ ਵੀ ਸੱਟ ਲੱਗੀ ਆ। ਕਹਿਣ ਦਾ ਭਾਵ ਸਾਡਾ ਕੁਛ ਨਹੀਂ ਰਿਹਾ ਅੱਜ।
ਤੇ ਅੱਗੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਜੀ ਮੈਨੂੰ ਮਤਲਬ ਇੱਕ ਮੈਂ ਇੱਕ ਹੋਰ ਚੀਜ਼ ਬੋਲਣਾ ਚਾਹੂੰਗੀ ਸਿਰਫ ਇੱਕ ਮਹੀਨਾ ਹੋਇਆ ਮੇਰੇ ਵਿਆਹ ਨੂੰ ਤੇ ਅੱਜ ਮੈਂ ਇੱਥੇ ਤੁਸੀਂ ਦੇਖ ਲਓ ਵੀ ਧੱਕੇ ਖਾ ਰਹੀ ਹਾਂ ਕਿਉਂ ਕਿਉਂਕਿ ਪਿਛਲੇ 16 ਸਾਲਾਂ ਤੋਂ ਸਾਨੂੰ ਰੁਜ਼ਗਾਰ ਨਹੀਂ ਮਿਲਿਆ ਮੇਰੇ ਘਰ ਦੇ ਵੀ ਐਕਸੈਪਟ ਕਰਦੇ ਆ ਹਸਬੈਂਡ ਵੀ ਐਕਸੈਪਟ ਕਰਦੇ ਆ ਇੰਨੀ ਪੜ੍ਹਾਈ ਕਰਕੇ ਵੀ ਅਸੀਂ ਸੜਕਾਂ 'ਤੇ ਰੁਲਦੇ ਪਏ ਹਾਂ ਅਤੇ ਸਾਡਾ ਹੱਲ ਕੌਣ ਕਰੂਗਾ ਨੈਸ਼ਨਲ ਮੈਂ ਆਲ ਇੰਡੀਆ ਪਲੇਅਰ ਹਾਂ ਕਿੰਨੇ ਸਾਰੇ ਮੈਡਲ ਅਸੀਂ ਘਰਾਂ 'ਚ ਲੈ ਕੇ ਇਕੱਠੇ ਕੀਤੇ ਹੋਏ ਆ ਬਟ ਉਹਨਾਂ ਦਾ ਰਿਜ਼ਲਟ ਕੁਛ ਨਹੀਂ ਮਿਲਿਆ ਸਰ ਸਾਡੇ ਨਾਲ ਅੱਜ ਬਹੁਤ ਧੱਕਾਸ਼ਾਹੀ ਕੀਤੀ ਗਈ ਆ ਅਸੀਂ ਇਸ ਸਰਕਾਰ ਨੂੰ ਚੁਣਿਆ ਸੀ ਕਿ ਇਹ ਸਰਕਾਰ ਸਾਡੇ ਲਈ ਬਦਲਾਅ ਲੈ ਕੇ ਆਏਗੀ ਸਰ ਅਸੀਂ ਪੀਟੀਆਈ ਟੀਚਰ ਹਾਂ ਲਗਭਗ 2006 ਤੋਂ ਬਾਅਦ ਸਾਡੀ ਕੋਈ ਵੀ ਪੀਟੀਆਈ ਟੀਚਰ ਦੀ ਭਰਤੀ ਨਹੀਂ ਕੀਤੀ ਗਈ ਸਾਡੀਆਂ ਡਿਗਰੀਆਂ ਰੁਲ ਰਹੀਆਂ ਨੇ ਔਰ ਸਰਕਾਰ ਵੱਲੋਂ ਜਿਹੜੇ ਸਕੂਲ ਕਾਲਜ ਹੈ ਉਹ ਕੰਟੀਨਿਊ ਚਲਾਏ ਜਾ ਰਹੇ ਆ ਜੇ ਤੁਸੀਂ ਪੀਟੀਆਈ ਟੀਚਰ ਦੀ ਭਰਤੀ ਹੀ ਨਹੀਂ ਕਰਨੀ ਤਾਂ ਤੁਸੀਂ ਇਹ ਸਕੂਲ ਕਾਲਜ ਬੰਦ ਕਿਉਂ ਨਹੀਂ ਕਰਾਉਂਦੇ ਇਹ ਸਕੂਲ ਕਾਲਜ ਕਿਉਂ ਚਲਾਏ ਜਾ ਰਹੇ ਆ ਦੂਸਰੀ ਗੱਲ ਇਹ ਸਰਕਾਰ ਸਾਡੇ ਦੁਆਰਾ ਚੁਣੀ ਹੋਈ ਹੈ ਅੱਜ ਤੁਹਾਡੇ ਸਾਹਮਣੇ ਹੈ ਕਿ ਆਹ ਸਰਕਾਰ ਸਾਡੇ ਨਾਲ ਕੀ ਸਲੂਕ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਦੁਆਰਾ ਸਾਡੇ ਨਾਲ ਕਿੰਨਾ ਧੱਕਾ ਕੀਤਾ ਜਾ ਰਿਹਾ ਅਸੀਂ ਅੱਜ ਇਸ ਮਕਸਦ ਲਈ ਇੱਥੇ ਆਏ ਸੀ ਕਿ ਪਿਛਲੀ ਸਰਕਾਰ ਸਰਦਾਰ ਪ੍ਰਗਟ ਸਿੰਘ ਦੀ ਸਰਕਾਰ ਦੁਆਰਾ ਸਾਨੂੰ ਜਿਹੜਾ ਹੈਗਾ ਪੀਟੀਆਈ ਟੀਚਰ ਦੀਆਂ 2000 ਪੋਸਟਾਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ 99 ਤੇ ਪੀਟੀਆਈ ਟੀਚਰ ਦੀਆਂ 2000 ਪੋਸਟਾਂ ਸੀ ਜਿਹੜਾ ਇਕੱਠਾ ਇਸ਼ਤਿਹਾਰ ਜਾਰੀ ਹੋਇਆ ਸੀ ਇੱਕ ਇਸ਼ਤਿਹਾਰ ਨੰਬਰ ਦਾ ਸੇਮ ਹੀ ਐਡਵਰਟਾਈਜ਼ਮੈਂਟ ਨੰਬਰ ਹੈ ਲੇਕਿਨ ਇਸ ਸਰਕਾਰ ਨੇ ਕੀ ਕੀਤਾ ਇਸ ਸਰਕਾਰ ਨੇ 99 ਦੀਆਂ ਪੋਸਟਾਂ ਦਾ ਜੋ ਪੋਰਟਲ ਹੈ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ 'ਤੇ ਪਾ ਦਿੱਤਾ ਗਿਆ ਲੇਕਿਨ ਜਿਹੜੀਆਂ ਸਾਡੀਆਂ 2000 ਪੀਟੀਆਈ ਟੀਚਰ ਦੀਆਂ ਪੋਸਟਾਂ ਨੇ ਉਹਨਾਂ ਨੂੰ ਕੱਟ ਕੇ ਰਫਾ ਦਫਾ ਕਰ ਦਿੱਤਾ ਗਿਆ ਇਸ ਮਕਸਦ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ ਸਾਡੇ ਨਾਲ ਧੱਕਾ ਕਿਉਂ ਕੀਤਾ ਗਿਆ ਸਾਡੀਆਂ ਪੋਸਟਾਂ ਕਿਉਂ ਖਤਮ ਕੀਤੀਆਂ ਜਾ ਰਹੀਆਂ ਨੇ ਸਾਡੇ ਨਾਲ ਅੱਜ ਸ਼ਰੇਆਮ ਧੱਕੇਸ਼ਾਹੀ ਹੋਈ ਹੈ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾ ਰਹੀਆਂ ਨੇ ਵੀਰਾਂ ਦੀਆਂ ਪੱਗਾਂ ਰੋਲੀਆਂ ਜਾ ਰਹੀਆਂ ਨੇ ਸਾਨੂੰ ਕੁੱਟਿਆ ਜਾ ਰਿਹਾ ਸਾਡੇ ਤੇ ਡੰਡਾ ਚਲਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾਸ਼ਾਹੀ ਕੀਤੀ ਹੈ ਜ਼ਬਰਦਸਤੀ ਕੀਤੀ ਹੈ ਔਰ ਸਾਨੂੰ ਥਾਣੇ ਵੀ ਲਿਜਾਇਆ ਜਾ ਰਿਹਾ ਘਸੀਟਿਆ ਜਾ ਰਿਹਾ ਇਸੇ ਜਿਹੜੀ ਚੁੰਨੀ ਤੁਸੀਂ ਪਾਈ ਹੋਈ ਹੈ ਇਸੇ ਚੁੰਨੀ ਪਗੜੀ ਲੈ ਕੇ ਮਤਲਬ ਕਿ ਭਗਵੰਤ ਮਾਨ ਜੀ ਨੇ ਸੌਂ ਚੁੱਕੀ ਸੀ ਉੱਤੇ ਅਸੀਂ ਸੌਂ ਚੁੱਕੀ ਸੀ ਭਗਵੰਤ ਮਾਨ ਨੂੰ ਅਸੀਂ ਇਸ ਲਈ ਚੁਣਿਆ ਸੀ ਭਗਵੰਤ ਮਾਨ ਨੇ ਸਰਦਾਰ ਭਗਤ ਸਿੰਘ ਦੇ ਨਾਂ ਤੇ ਇਨਕਲਾਬ ਦੀ ਸੋਚ ਸ਼ੁਰੂ ਕੀਤੀ ਸੀ ਪੀਲੀ ਪੱਗ ਲੈ ਕੇ ਲੇਕਿਨ ਅੱਜ ਭਗਵੰਤ ਮਾਨ ਉਹਨਾਂ ਚੀਜ਼ਾਂ ਤੇ ਪੂਰਾ ਨਹੀਂ ਉਤਰ ਰਿਹਾ ਉਹ ਭਗਵੰਤ ਮਾਨ ਉਹ ਸਰਦਾਰ ਭਗਵੰਤ ਮਾਨ ਨੇ ਜਿਹੜਾ ਉਹ ਭਗਤ ਸਿੰਘ ਦੀ ਸੋਚ ਤੇ ਮਤਲਬ ਦਾਗ ਲਗਾ ਰਿਹਾ ਦਾਗ ਜੇ ਉਹੀ ਭਗਵੰਤ ਮਾਨ ਹੈ ਜਿਹੜਾ ਪਿਛਲੀ ਸਰਕਾਰ ਦੇ ਟਾਈਮ ਸਾਡੇ ਨਾਲ ਜਾ ਕੇ ਧਰਨਿਆਂ 'ਚ ਬੈਠਦਾ ਹੁੰਦਾ ਸੀ ਭੈਣਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੀਆਂ ਭੈਣਾਂ ਦੀਆਂ ਚੁੰਨੀਆਂ ਨਹੀਂ ਰੁਲਣਗੀਆਂ ਮੇਰੀ ਸਰਕਾਰ ਵਿੱਚ ਕਿਸੇ ਦੀ ਪੱਗ ਨਹੀਂ ਲੱਥੂਗੀ ਲੇਕਿਨ ਅੱਜ ਉਹ ਭਗਵੰਤ ਮਾਨ ਕਿੱਥੇ ਹੈ ਉਹਦੀ ਸੋਚ ਅੱਜ ਉਹ ਸੋਚ ਕਿੱਥੇ ਅੱਜ ਉਹਦੀ ਸਰਕਾਰ ਵਿੱਚ ਸਾਡੀਆਂ ਚੁੰਨੀਆਂ ਕਿਉਂ ਲਾਈਆਂ ਜਾ ਰਹੀਆਂ ਨੇ ਕਿਸ ਵਾਸਤੇ ਹੈ ਸਰਕਾਰ ਕੋਲ ਕਿਸੇ ਗੱਲ ਦਾ ਜਵਾਬ ਅਸੀਂ ਹਰ ਇੱਕ MLA ਨੂੰ ਆਪਣਾ ਮੰਗ ਪੱਤਰ ਦਿੱਤਾ ਸੀ ਲੇਕਿਨ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਸਾਡਾ ਪੋਰਟਲ ਓਪਨ ਨਹੀਂ ਕੀਤਾ ਗਿਆ ਇਸ ਕਰਕੇ ਸਾਨੂੰ ਮਜਬੂਰਨ ਅੱਜ ਸਿੱਖਿਆ ਮੰਤਰੀ ਮੀਤ ਏਰ ਦੀ ਕੋਠੀ ਦਾ ਘਿਰਾਓ ਕਰਨਾ ਪਿਆ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਲੇਕਿਨ ਸਾਡਾ ਇੱਕੋ ਹੀ ਅੱਜ ਨੀਤੀ ਹੈ ਕਰੋ ਜਾਂ ਮਰੋ ਅਸੀਂ ਉਦੋਂ ਤੱਕ ਇੱਥੋਂ ਨਹੀਂ ਜਾਵਾਂਗੇ ਜਦੋਂ ਤੱਕ ਸਾਡੀਆਂ ਪੋਸਟਾਂ ਦਾ ਪੋਰਟਲ ਆਨਲਾਈਨ ਨਹੀਂ ਹੁੰਦਾ ਅਸੀਂ 2000 ਪੋਸਟਾਂ ਲਏ ਬਿਨਾਂ ਇੱਥੋਂ ਨਹੀਂ ਜਾਵਾਂਗੇ ਕੱਪੜੇ ਫਾੜਤੇ 102 ਬੁਖਾਰ ਹੈ 102 ਰਾਤ ਹਸਪੀਟਲ 'ਚ ਸੀਗਾ ਸਵੇਰੇ ਹਸਪੀਟਲ 'ਚ ਆਇਆਗਾ ਅਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਓ ਕੀ ਹਾਲ ਕਰ ਰਹੀ ਹੈ ਸਾਡੇ ਜਦੋਂ ਸਾਡਾ ਅੰਦਰ ਅਸੀਂ ਬਿਠਾ ਲਏ ਅੰਦਰ ਬਿਠਾ ਕੇ ਵੀ ਸਾਨੂੰ ਕੁੱਟਿਆ ਮਾਰਿਆ ਜਾ ਰਿਹਾ ਸਾਡੇ ਫੋਨ ਖੋਏ ਜਾ ਰਹੇ ਆ ਸਾਡੇ ਤੇ ਬਿਨਾਂ ਗੱਲ ਤੋਂ ਲਾਠੀਆਂ ਚਲਾਈਆਂ ਗਈਆਂ ਆਹ ਤੁਹਾਡੇ ਸਾਹਮਣੇ ਆ
चेस्ट ते छाती ते डांगा मारिया ने। ये तो अंग्रेजा ने भी नहीं करया सी छाती ते डांगा मारन वाला काम, जेड़ा काम ये पंजाब सरकार करवा रही है, छाती ते डांगा मार रही है पंजाब सरकार। इस तो बद की माड़ा होगा पंजाब का जो छातियां ते डांगा अध्यापकां दे मार रही है पंजाब सरकार। साडा की कसूर है, साडा कसूर इन्ना कि असीं अपना हक मंग रहे हैं, असीं अपना हक मंग रहे हैं। अज असीं मीत हेयर कोल अपनी मंगा लेके आए सी, पर मीत हेयर ने पुलिस नूं मूहरे करके साडे डांगा मारिया ने। मैं 102 बुखार दे विच इत्थे आ, मैं 3 बार गिर गया, ऐसा ही गला घोट रहा अध्यापकां दा। कुड़ियां दियां चुन्नियां, इन्हां नूं इज्जतां दा कोई मान नहीं, कुड़ियां दियां चुन्नियां खिच्चियां ने इन्हां ने, इन्हां नूं कोई मान नहीं। जिहड़ा पंजाब कुड़ियां दी इज्जत बचाउण दी गल करदा सी, अज उही पंजाब सरकार ने कुड़ियां दियां चुन्नियां ला के इज्जतां खोंजियां ने। इस सरकार नूं पता लगे कि किहदे नाल इन्हां दा वास्ता पिया गा। हां जी, बहुत जाणिआं दी, बहुत जाणिआं दी, असीं खट्टे परने पग्गां बन के आए कि जिहड़े भगत सिंह दीआं सौहां इन्हां ने खादियां, अज उहनां नाल इह कुछ की कहना चाहुंदे आ सर? असीं इह तां वी पता करांगे इन्हां दा, हुण इन्हां दा बाइकाट होऊगा जिथे वी जाणगे। जिन्ना साडे नाल धक्का अज कीता गिआ ना प्रशासन, इन्हां दा धक्का असीं पिंड च करांगे। हुण पिंड च जा जा के इन्हां दा विरोध ना करीए तां मर जाने पुलिस वाले का। चार कुड़िया ने आप देख लो, चार कुड़िया ने बंदे वेखो तो बुढ़िया वेखो, इधर वेखो पुलिस, आ पुलिस है, आ पुलिस है। इन्हां दे भी बच्चे कल नूं होणे नहीं, ओह नहीं टीचर लगणे, उन्हां ने नहीं पढ़ना, तुहानूं शर्म नहीं आउंदी? तुसीं साडा साथ दिओ, कल नूं तुहाडे भी बच्चे लगणगे, कल नूं तुहाडे भी बच्चे लगणगे। Thank you.